ਜੇ ਕਿਸਾਨ ਖੁਸ਼ਹਾਲ ਆ ਤੇ ਕਲਾਕਾਰ ਖੁਸ਼ਹਾਲ ਆ ਜੇ ਕਿਸਾਨ ਦੇ ਘਰੇ ਕੁਝ ਹੋਊਗਾ ਤੇ ਸਾਨੂੰ ਦੇਊ ਜੀ ਬਿਲਕੁਲ ਫੇਰੀ ਪੁੱਤ ਦੇ ਵਿਆਹ ਤੇ ਖਾੜਾ ਲਵਾਊ ਜੇ ਉਹਦੀ ਖੇਤੀ ਦੇ ਵਿੱਚ ਕੁਝ ਹੈਗਾ ਉਹਦੀ ਜੇਬ ਵਿੱਚ ਕੁਝ ਹੈਗਾ ਤੇ ਜੇ ਕਿਸਾਨ ਦੀ ਜੇਬ ਵਿੱਚ ਕੁਝ ਨਹੀਂ ਹੈਗਾ ਤੇ ਕਿਸੇ ਦੀਚ ਵੀ ਨਹੀਂ ਇਨਸਾਨ ਦੀ ਜੇਬ ਵਿੱਚ ਕੁਝ ਨਹੀਂ ਹੈਗਾ ਸਾਨੂੰ ਤੇ ਖੁਸ਼ੀ ਆ ਵੀ ਸਾਡੇ ਕਿਸਾਨ ਮਜ਼ਦੂਰ ਸਾਰਿਆਂ ਨੂੰ ਰੱਬਾ ਇੰਨਾ ਕੁ ਦੇਈਂ ਵੀ ਹਰੇਕ ਆਪਣੇ ਵਿਆਹ ਦੇ ਮੁੰਡੇ ਦੇ ਵਿਆਹ ਤੇ ਖਾੜਾ ਲਵਾਵੇ ਹੈਨਾ ਹਰ ਖੁਸ਼ੀ ਤੇ ਸਾਡੇ ਰਗਿਆਂ ਨੂੰ ਸੱਦੇ ਤੇ ਸਾਡੀ ਰੋਟੀ ਰੋਜੀ ਚੱਲਦੀ ਰਹੇ ਤੇ ਬਾਕੀ ਸਾਡੇ ਭਰਾਵਾਂ ਨੇ ਸੱਦਿਆ ਸਾਨੂੰ ਫ੍ਰੀ ਦੋ ਤਿੰਨ ਵਾਰੀ ਜ਼ਰੂਰ ਆ ਸਾਨੂੰ ਫ੍ਰੀ ਮੋੜ ਦੇਣੀ ਆ ਸਾਨੂੰ ਪਤਾ ਇਹ ਇਹ ਸਾਨੂੰ ਪਿਆਰ ਹੀ ਇੰਨਾ ਕਰਦੇ ਆ ਤੇ ਅਸੀਂ ਇਹ ਵਾਦਾ ਕਿਤੇ ਵੀ ਕੀਤਾ ਜੇ ਕਿਸੇ ਪੀਰ ਫਕੀਰ ਦੇ ਦਰਬਾਰ ਤੇ ਵੀ ਕਰ ਲਿਆ ਉੱਥੇ ਵੀ ਨੂੰ ਬੋਲਿਆ ਇਹ ਨਹੀਂ ਕੱਲਾ ਵੀ ਅਸੀਂ ਕਿਸੇ ਦਰਬਾਬੇ ਦੇ ਦਰਬਾਰ ਤੇ ਕਹੇ ਜੀ ਆ ਸਾਡੀ ਸੁੱਖ ਪੂਰੀ ਹੋਵੇ ਤੇ ਫ੍ਰੀ ਗਾਵਾਂਗੇ ਤੇ ਮੁੜ ਕੇ ਕਹਤਾ ਜੀ ਖਰਚਾ ਵਰ ਚਾਹ ਤੇ ਦੇ ਦੋ ਸਾਜੀਆਂ ਦਾ ਇਹੋ ਜੀ ਕੋਈ ਗੱਲ ਨਹੀਂ ਆ ਜਿੱਤੇ ਕੀਤਾ ਵਾਦਾ ਨਿਭਾਇਆ ਅੱਜ ਵੀਰ ਬੈਠਾ ਮੇਰਾ ਸੋਨੂੰ ਇਹਨਾਂ ਦਾ ਫੋਨ ਗਿਆ ਸੀ ਪੀਪਲਕਾਰ ਜੀ ਜਿੱਤ ਆਏ ਤੇ ਉਦੋਂ ਪਤਾ ਹੀ ਸਾਰਿਆਂ ਨੂੰ ਜਿੱਤ ਆਏ ਕਹਿੰਦੇ ਹੁਣ ਆਪਾਂ ਖੁਸ਼ੀ ਕਰਨੀ ਆ ਤੇ ਅੱਜ ਕਰ ਰਹੇ ਆ ਮੈਂ ਕਿਹਾ ਵੀਰੇ ਆਵਾਂਗੇ ਲੰਗੇ ਪੈਰੀ ਭੱਜਿਆਵਾਂਗੇ ਕਿਉਂ ਸੋਨੋ ਵੀਰ ਜੀ ਹਾਂਜੀ ਹਾਂਜੀ ਅ ਬਲਕਾਰ ਭਾਈ ਕਲਾਕਾਰ ਕਿਹੜੀ ਚੀਜ਼ ਦਾ ਭੁੱਖਾ ਹੁੰਦਾ ਮੰਨ ਲਓ ਆਪਾਂ ਸਾਰ ਤੋਂ ਗੱਲ ਕਰ ਰਹੇ ਹਾਂ ਵਾ ਵਾ ਦੇਖੋ ਕਲਾਕਾਰ ਜਿਆਦਾ ਭੁੱਖਾ ਤੇ ਇਸੇ ਚੀਜ਼ ਦਾ ਹੁੰਦਾ ਜਿਹੜੀ ਤੁਸੀਂ ਕਰ ਰਹੇ ਹੋ ਸਾਡੇ ਭਰਾ ਐ ਵਿਚਾਲੇ ਬੈਠਾ ਹੋਵੇ ਪੱਤਰਕਾਰ ਸਾਡੇ ਸਾਨੂੰ ਸਵਾਲ ਪੁੱਛਦਾ ਹੋਵੇ ਅਸੀਂ ਉਹਦੇ ਸਵਾਲਾਂ ਦੇ ਜਵਾਬ ਦਿੰਦੇਗੇ ਇਹ ਚੀਜ਼ ਦੇ ਭੁੱਖੇ ਹੁੰਦੇ ਤੁਸੀਂ ਹਰੇਕ ਹਰੇਕ ਥੋੜੇ ਹਰੇਕ ਦੇ ਮੂਹਰੇ ਥੋੜਾ ਬ ਹਰ ਇੱਕ ਦਿਨਾਂ ਤੁਸੀਂ ਗੱਲ ਕਰਦੇ ਹੋ ਤੁਹਾਨੂੰ ਸਾਨੂੰ ਖੁਸ਼ੀ ਆ ਤੁਹਾਡੀ ਜਿਆਦਾ ਸਭ ਤੋਂ ਤੁਸੀਂ ਪੁੱਛ ਰਹੇ ਹੋ ਤੁਸੀਂ ਜਦੋਂ ਕਲਾਕਾਰ ਕਿਤੇ ਗਾਉਂਦਾ ਹੈ ਅਗੇ ਤਾੜੀਆਂ ਮਾਰਦੇ ਨੇ ਸੁਣ ਕੇ ਆਪ ਮੋਰ ਕੇ ਕਹੇਗੇ ਨਹੀਂ ਵੀ ਮਾਰ ਦੋ ਤਾੜੀ ਉਹ ਤਾੜੀ ਔਰ ਹੁੰਦੀ ਹੈ ਇੱਕ ਆਪ ਮੋਰੇ ਸਰੋਤੇ ਜਦੋਂ ਤਾੜੀ ਮਾਰਦੇ ਨੇ ਉਸ ਚੀਜ਼ ਦੇ ਬਹੁਤ ਭੁੱਖੇ ਹੁੰਦੇ ਅਸੀਂ ਯਾਰ ਆਹ ਗੱਲ ਹੈ ਆ ਜੇ ਬਰਾੜ ਸਾਹਿਬ ਕੋਈ ਸ਼ੇਰ ਬੋਲਦੇ ਆ ਜਾਂ ਬਲਕਾਰ ਗਾਉਂਦਾ ਮਨਜਿੰਦਰ ਗਾਉਂਦੀ ਹੈ ਆਪਣੇ ਆਪ ਸਰੋਤੇ ਤਾੜੀ ਮਾਰਨ ਉੱਥੇ ਥੋੜਾ ਜਿਹਾ ਮਨ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਟੈਕਨਾ ਵਿੱਚ ਗੱਲ ਆ ਮੈਂ ਭੁੱਲ ਜਾਣਾ ਜੇ ਦੇਖੋ ਅਸਲ ਵਿੱਚ ਬਲਕਾਰ ਅਨਖਿਲਾ ਬਾਈ ਅਸਲ ਵਿੱਚ ਆਪਣੇ ਆਪ ਮਿਸਾਲ ਆ ਜੇ ਦੇਖਿਆ ਜਾਵੇ ਤਾਂ ਮੈਨੂੰ ਤਾਂ ਹੁਣ ਪਤਾ ਲੱਗਾ ਕੋਲੇ ਬੈਠਦੇ ਬਾਈ ਦੀ ਸਾਰੀ ਲਾਤਾਂ ਹੀ ਫ੍ਰੈਕਚਰ ਆ ਬਾਈ ਇਹਦੇ ਇੱਥੇ ਸਾਰੇ ਨਟ ਪਾਏ ਹੋਏ ਆ ਹਾਂਜੀ ਹਾਂਜੀ ਮੇਰੇ ਪੰਜ ਐਕਸੀਡੈਂਟ ਹੋਏ ਵੀਰੇ ਮੈਂ ਇੰਟਰਵਿਊ ਚ ਪਹਿਲਾਂ ਵੀ ਦੱਸ ਚੁੱਕਾ ਹਾਂ ਪੰਜ ਐਕਸੀਡੈਂਟ ਹਰ ਦੀਵਾਲੀ ਤੋਂ 2 ਦਿਨ ਪਹਿਲਾਂ ਮੇਰਾ ਐਕਸੀਡੈਂਟ ਹੋ ਜਾਂਦਾ ਜਿੱਥੇ ਮਰਜੀ ਭੱਜ ਲਾ ਤੇ ਪੰਜਵੇਂ ਦੇ ਵਿੱਚ ਆ ਕੇ ਵੀਰੇ ਮੇਰੇ ਸੱਟਾਂ ਵੱਜੀਆਂ ਲਾਟ ਫਰੇਕ ਲਾਟ ਹੈਪ ਦੀ ਬਾਲ ਜਿਹੜੀ ਉਹ ਟੁੱਟ ਗਈ ਸੀ ਚੂਰ ਹੋ ਗਈ ਸਾਰੀ ਅੱਛਾ ਤੇ ਉਹ ਹੁਣ ਹੈ ਨਹੀਂ ਗੀ ਉਹੀਂ ਤੋਰੀ ਫਿਰਦਾ ਰੱਬ ਤੇ ਫਿਰ ਵੀ ਵੇਖ ਲੈਣਾ ਤੇ ਨਾ ਹੀ ਪੋਣੀ ਆ ਕਿਉਂਕਿ ਮੇਰੇ ਮੁਰਸ਼ਿਦਾ ਨੇ ਇਹ ਗੱਲ ਕਹੀ ਹੋਈ ਆ ਵੀ ਨਹੀਂ ਪੋਣੀ ਤੇ ਆਪਾਂ ਨਹੀਂ ਪੋਣੀ ਉਵੇਂ ਤੁਰੇ ਫਿਰਦੇ ਕਬੂਲ ਕਰ ਲੈ ਲੋਕ ਕੀ ਲੈਣਾ ਫਿਰ ਆਪਾਂ ਕਿਹੜਾ ਰੇਸ ਲਵਾਂ ਹੌਸਲਾ ਕਿੱਥੋਂ ਆਉਂਦਾ ਬਾਈ ਇਹਨਾਂ ਕੋਲ ਮਨ ਲਾ ਆ ਵੀ ਬੈਠਾ ਹੌਸਲਾ ਮੇਰਾ ਇੱਕ ਇੱਧਰ ਬੈਠਾ ਹੈ ਇਹ ਇੱਕ ਇੱਧਰ ਬੈਠਾ ਹੌਸਲਾ ਮੇਰਾ ਅਬਰਾਰ ਸਾਹਿਬ ਏਕੇ ਮੇਰਾ ਹੌਸਲਾ ਏ ਕੇ ਮੇਰਾ ਹੌਸਲਾ ਏ ਇਹ ਇਹਨਾਂ ਦੇ ਹੌਸਲੇ ਨਾਲ ਤੇ ਮੋੜਿਆ ਫਿਰਦ ਵੈਲਕਮ ਠੀਕ ਹੈ ਇਹਨਾਂ ਤੇ ਬਾਕੀ ਤੁਹਾਡਾ ਹੌਸਲਾ ਬਾਕੀ ਤੁਹਾਡਾ ਹੌਸਲਾ ਭਰਾਵਾਂ ਦਾ ਜੀ ਸਾਡਾ ਹੌਸਲਾ ਅਨਖੀਲਾ ਸਾਹਿਬ ਨੇ ਕਿਉਂਕਿ ਜਿਸ ਤਰ੍ਹਾਂ ਖੁਦ ਉਹ ਕਹਿ ਰਹੇ ਨੇ ਕਿ ਏਕੇ ਦੇ ਵਿੱਚ ਬਹੁਤ ਵਰਕਤ ਹੈ ਸੋ ਪਰਮਾਤਮਾ ਗਿਆ ਹੀ ਦਵਾ ਕਰਦੇ ਕਿ ਸਾਡਾ ਏਕਾ ਬਹੁਤ ਹੈ ਬਣਿਆ ਰਹੋ ਹਾਂਜੀ ਸੋ ਚਲੋ ਬਾਗਾਂ ਨੇ ਖਾੜਾ ਲਾਉਣਾ ਕਿਸੇ ਨੂੰ ਦੁਬਾਰਾ ਵਧੀਆ ਇੰਟਰਵਿਊ ਲੰਮੀ ਸ਼ੂਟ ਕਰਾਂਗੇ ਠੀਕ ਗਵੰਡੀ ਦੀ ਜੈਤੋਂ ਤੇ ਕੋਟਲੀ ਸਾਡੀ ਨੇੜੇ ਨੇੜੇ ਹੀ ਆ ਜੀ ਏ ਸਾਡਾ ਵੀਰ ਆ ਛੋਟਾ ਸਾਨੂੰ ਬੜਾ ਚੰਗਾ ਲੱਗਿਆ ਜੇ ਪਹਿਲੇ ਦਿਨ ਮਿਲੇ ਭਰਾ ਨੂੰ ਤੇ ਚਲੋ ਇਹ ਤਾਂ ਕੰਮ ਆ ਇਹਨਾਂ ਦਾ ਵੀ ਸਾਡਾ ਵੀ ਵੈਸੇ ਇਨਸਾਨ ਬਹੁਤ ਵਧੀਆ ਹੁੰਦੇ ਨੇ